ਮੇਰੀ ਕਣ ਤੇ ਮਾਂ ਦੇ ਡੰਡੇ ਹਾਲੇ ਵੀ ਹੋਸਨ ਠੋ 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 ਠੋ। ਹਮਾਰੇ ਮਾਂ ਬਾਪ ਕੋ ਪਤਾ ਨਹੀਂ। ਮੈਨੇ ਬਹੁਤ ਛੋਟੀ ਉਮਰ ਮੈਂ ਸਿਗਰਟ ਪੀਣਾ ਸ਼ੁਰੂ ਕਰ ਦਿਓ, ਗਾਓ ਕਾ ਮਾਹੌਲ, ਜ਼ਿਮੀਦਾਰਾ ਆਜ਼ਾਦ, ਮੈਨੇ ਸਿਗਰਟ ਪੀਣੇ ਸ਼ੁਰੂ ਕਰ ਦਿਓ। ਮੇਰੀ ਮਾਂ ਕੋ ਪਤਾ ਚਲ ਗਿਆ, ਮਾਸੀ ਅਬ ਮਾਂ ਨੇ ਮੇਰਾ ਮੂੰਹ ਖੋਲਾ ਹੋਇਆ ਸੀ ਔਰ ਮਾਸੀ ਨੇ ਚਿਮਟੇ ਮੈਂ ਅੰਗਾਰਾ ਡਾਲ ਕੇ ਮੇਰੇ ਮੂੰਹ ਮੇੜਾ, ਪਾਵਾਂ ਤੇਰੇ ਮੂੰਹ ਵਿੱਚ, ਪਾਵਾਂ ਤੇਰੇ ਮੂੰਹ ਵਿੱਚ। ਉਹ ਮੇਰੀ ਹਾਓ, ਮੈਂ ਨਹੀਂ ਪੀਂਦਾ, ਮੈਂ ਨਹੀਂ ਪੀਂਦਾ। ਇਹ ਮੁਝੇ ਸਿਗਰਟ ਸੇ ਹਟਾਇਆ ਜਾ ਰਿਹਾ ਹੈ ਕੈਸੇ। ਇਸ ਲਈ ਮੈਨੇ ਕੋਈ 8-9 ਸਾਲ ਕੀ ਉਮਰ ਮੈਂ ਸਿਗਰਟ ਸ਼ੁਰੂ ਕਰ ਦਿੱਤੀ ਸੀ। ਤੋ ਮਾਂ ਨੇ ਯੂੰ ਮੇਰੇ ਜਬੜੇ ਖੋਲੇ ਹੋਏ ਔਰ ਮਾਸੀ ਨੇ ਚਿਮਟੇ ਮੈਂ ਨਾ ਅੰਗਾਰਾ ਔਰ ਪਾਵਾਂ ਪਾਵਾਂ ਤੇਰੇ ਮੂੰਹ, ਪਾਵਾਂ ਤੇਰੇ। ਮੈਂ ਕਹਿ ਲਿਆ ਵੀ ਅੱਜ ਮੇਰੀ ਖੈਰ ਨਹੀਂ, ਉਹ ਮੈਂ ਨਹੀਂ ਪੀਂਦਾ, ਉਹ ਮੈਂ ਨਹੀਂ ਪੀਂਦਾ। ਬਾਹਰ ਜਾ ਕੇ ਮੈਂ ਫਿਰ ਪੀ ਰਿਹਾ ਥਾ। ਅੱਛਾ, ਉਹ ਮੇਰੇ ਛੋਟੇ ਭਾਈ ਨੇ ਦੇਖ ਲਿਆ, ਉਸ ਕੀ ਉਮਰ ਕਿਆ ਹੋਗੀ? 6 ਸਾਲ। ਮੈਂ ਕਹਿ ਲਿਆ ਵੀ ਮਾਰਿਆ ਗਿਆ, ਇਸ ਜ਼ਰੂਰ ਜਾ ਦੱਸਣਾ। ਮੈਂ ਕਿਹਾ ਤਾਰ ਮੈਂ ਔਰ ਮੈਂ ਕਿਹਾ ਇੱਕ ਤੂੰ ਵੀ ਪੀ ਲਾ। ਮੈਂ ਇੱਕ ਉਸਕੋ ਪਿਲਾ ਦਿਆ ਤਾਂ ਕਿ ਮੇਰੀ ਸ਼ਿਕਾਇਤ ਨਾ ਲੱਗ। ਮੇਰੀ ਸ਼ਿਕਾਇਤ ਨਹੀਂ ਲੱਗ, ਕਿਉਂਕਿ ਮਾਰ ਪਿਟਾਈ ਆਸਾਨ ਰਾਸਤਾ ਨਾ ਚੁੱਪ ਕਰਾਣੇ ਕਾ, ਚੁੱਪ ਕਰਾਣੇ ਕਾ, ਬੰਦ ਕਰਨੇ ਕਾ ਆਸਾਨ ਕਾ। ਮੈਂ 2-4 ਥੱਪੜ ਮਾਰੋ, ਚਲੋ ਬੱਚਾ ਰੋਧ ਹੋ ਕੇ ਚੁੱਪ ਹੋ ਜਾਏਗਾ। ਅੱਲਾ ਕੇ ਵਾਸਤੇ ਆਪਣੇ ਨਬੀ ਕੀ ਜ਼ਿੰਦਗੀ ਪੜ੍ਹੋ,